ਕਾਫੀ ਸਮੇਂ ਤੋਂ ਮੈਂ ਖੱਬੇ ਪਾਸੇ ਦੀ ਹਰਨੀਆ ਤੋਂ ਪੀੜਿਤ ਸੀ ਕਿ ਮੈਂ ਸ਼ੂਗਰ ਤੋਂ ਵੀ ਪੀੜਿਤ ਸੀ। ਅੱਛੇ ਤਰੀਕੇ ਨਾਲ ਮੈਨੂੰ ਅਟੈਂਡ ਕੀਤਾ ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਹਰਨੀਆ ਦਾ ਰਿਮੂਵ ਰਿਪੇਅਰ ਆਪਰੇਸ਼ਨ ਕਦੋਂ ਹੋ ਗਿਆ। ਮੇਰੇ ਵਾਸਤੇ ਤਾਂ ਡਾਕਟਰ ਸਾਹਿਬ ਇੱਕ ਰੱਬ ਰੂਪੀ ਇਨਸਾਨ ਹੀ ਸਾਬਤ ਹੋਏ ਹਨ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੈਂ ਰਾਜ ਅਰੋੜਾ ਜੀਰੇ ਤੋਂ ਬਿਲੋਂਗ ਕਰਦਾ ਜੀ। ਕਾਫੀ ਸਮੇਂ ਤੋਂ ਮੈਂ ਖੱਬੇ ਪਾਸੇ ਦੀ ਹਰਨੀਆ ਤੋਂ ਪੀੜਿਤ ਸੀ। ਮੈਂ ਬਹੁਤ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਸਲਾਹ ਦਿੱਤੀ ਓਪਰੇਟ ਵਾਸਤੇ। ਕੋਸ਼ਿਸ਼ ਇਹ ਸੀ ਬਗੈਰ ਓਪਰੇਟ ਤੋਂ ਹੀ ਠੀਕ ਹੋ ਜਾਣ, ਪਰ ਨਹੀਂ, ਇਸਦਾ ਹਾਲ ਤਾਂ ਓਪਰੇਟ ਹੀ ਸੀ। ਰਿਸ਼ਤੇਦਾਰਾਂ ਦੀ ਸਲਾਹ ਨਾਲ ਮੇਰੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਡਾਕਟਰ ਅਮਰਸੂਦ ਜੋ ਮੋਗੇ ਵਿੱਚ ਹਨ, ਹਰਨੀਆ ਜਾਂ ਮੋਟਾਪੇ ਜਾਂ ਹੋਰ ਕਈ ਬਿਮਾਰੀਆਂ ਦਾ ਬਹੁਤ ਹੀ ਵਧੀਆ ਓਪਰੇਸ਼ਨ ਕਰਦੇ ਹਨ, ਤੁਸੀਂ ਉੱਥੇ ਜਾ ਕੇ ਆਪਣਾ ਓਪਰੇਸ਼ਨ ਕਰਾਓ। ਮੈਂ ਮੋਗੇ ਡਾਕਟਰ ਅਮਰਸੂਦ ਨੂੰ ਆ ਕੇ ਮਿਲਿਆ, ਉਹਨਾਂ ਦੀ ਅਪੋਇੰਟਮੈਂਟ ਲਿੱਤੀ ਅਤੇ ਉਹਨਾਂ ਨੇ ਮੈਨੂੰ ਚੈੱਕ ਕਰਕੇ ਕੁਛ ਟ੍ਰੀਟਮੈਂਟ ਕਿ ਮੈਂ ਸ਼ੂਗਰ ਤੋਂ ਵੀ ਪੀੜਿਤ ਸੀ ਉਹਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਸ਼ੂਗਰ ਦੀ ਦਵਾਈ ਅਤੇ BP ਦੀ ਦਵਾਈ ਵੀ ਦਿੱਤੀ, ਜੋ ਮੈਂ ਨਿਯਮਿਤ ਸਮੇਂ 5-7 ਦਿਨ ਖਾਧੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਅਪੋਇੰਟਮੈਂਟ ਦੀ ਡੇਟ ਦੇ ਹਿਸਾਬ ਨਾਲ ਮੈਂ ਉਹਨਾਂ ਨੂੰ ਆ ਕੇ ਮਿਲਿਆ ਓਪਰੇਟ ਵਾਸਤੇ। ਅਤੇ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਮੈਨੂੰ ਅਟੈਂਡ ਕੀਤਾ ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਹਰਨੀਆ ਦਾ ਰਿਮੂਵ ਰਿਪੇਅਰ ਓਪਰੇਸ਼ਨ ਕਦੋਂ ਹੋ ਗਿਆ। ਜਦੋਂ ਮੈਨੂੰ ਹੋਸ਼ ਆਇਆ ਅਤੇ ਮੈਂ ਬਿਲਕੁਲ ਵਧੀਆ ਸੈੱਟ ਸੀ, ਅਤੇ ਅਗਲੇ 24 ਘੰਟਿਆਂ ਬਾਅਦ ਇਹਨਾਂ ਨੇ ਮੈਨੂੰ ਥੋੜ੍ਹਾ ਥੋੜ੍ਹਾ ਤੋਰ ਕੇ ਚੱਲਣ ਦੇ ਕਾਬਲ ਕਰ ਦਿੱਤਾ, ਅਤੇ ਸ਼ਾਮ ਤੱਕ ਮੈਨੂੰ ਰਿਲੀਵ ਵੀ ਕਰ ਦਿੱਤਾ, ਅਤੇ ਮੈਂ ਘਰ ਪਹੁੰਚ ਕੇ ਆਪਣਾ 15 ਦਿਨ ਪ੍ਰੋਪਰ ਪਰਹੇਜ਼ ਕਰਕੇ ਆਪਣੇ ਨੂੰ ਹੁਣ ਤੰਦਰੁਸਤ ਮਹਿਸੂਸ ਕਰ ਰਿਹਾ ਹਾਂ। ਅਤੇ ਮੇਰੇ ਵਾਸਤੇ ਤਾਂ ਡਾਕਟਰ ਸਾਹਿਬ ਇੱਕ ਰੱਬ ਰੂਪੀ ਇਨਸਾਨ ਹੀ ਸਾਬਤ ਹੋਏ ਹਨ। ਡਾਕਟਰ ਸਾਹਿਬ ਦਾ ਮੋਗਾ ਦੇ ਵਿੱਚ ਇੱਕ ਬਹੁਤ ਵੱਡਾ ਸਰਜੀਕਲ ਕੇਂਦਰ ਖੁੱਲ੍ਹਣ ਜਾ ਰਿਹਾ, ਜਿਸ ਦੇ ਵਿੱਚ ਸਾਰੇ ਓਪਰੇਸ਼ਨ ਲੈਪਰੋਸਕੋਪੀ ਅਤੇ ਰੋਬਿਟ ਤਰੀਕੇ ਨਾਲ ਹੋਇਆ ਕਰਨਗੇ। ਅਤੇ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਡਾਕਟਰ ਸਾਹਿਬ ਨੂੰ ਸਹਿਯੋਗ ਦੇਣਾ ਹੈ, ਅਤੇ ਜੇ ਵੀ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਕੋਈ ਇਹੋ ਜਿਹਾ ਮਰੀਜ਼ ਹੁੰਦਾ ਹੈ ਤਾਂ ਉਹਨਾਂ ਨੂੰ ਸਲਾਹ ਦੇਣੀ ਹੈ ਕਿ ਡਾਕਟਰ ਅਮਰਸੂਦ ਨਾਲ ਹੀ ਸੰਪਰਕ ਕਰਨ। ਧੰਨਵਾਦ ਜੀ। Thank you.